ਕਾਲੇ ਜਾਦੂ ਦੀ ਇੱਕ ਅਜਿਹੀ ਵਾਰਤਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਅਤੇ ਸੁਣ ਕੇ ਤੁਸੀਂ ਖੁਦ ਹੈਰਾਨ ਹੋ ਜਾਵੋਗੇ। ਅੱਜ ਕੱਲ੍ਹ ਦੇ ਵਿਗਿਆਨਿਕ ਯੁੱਗ ਵਿੱਚ ਕੁਝ ਲੋਕ ਅੰਧ ਵਿਸ਼ਵਾਸ ਦੇ ਜਾਲ ਵਿੱਚ ਫਸ ਕੇ ਭੂਤ ਪ੍ਰੇਤ ਅਤੇ ਕਾਲੇ ਜਾਦੂ ਤੇ ਵਿਸ਼ਵਾਸ ਕਰ ਆਪਣੀ ਜਾਂ ਫਿਰ ਕਿਸੇ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਤੋਂ ਕਤਰਾ ਨਹੀਂ ਰਹੇ। ਇਸ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੇ ਅੰਧ ਵਿਸ਼ਵਾਸ ਦੇ ਚੱਲਦੇ ਆਪਣੇ ਪਤੀ ਨੂੰ ਪਿਛਲੇ 2 ਮਹੀਨਿਆਂ ਤੋਂ ਆਪਣੇ ਹੀ ਘਰ ਵਿੱਚ ਜ਼ੰਜੀਰਾਂ ਦੇ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮਹਿਲਾ ਲਕਸ਼ਮੀ ਨੇ ਦੱਸਿਆ ਕਿ ਉਸਦਾ ਪਤੀ ਸਰਵਨ ਕੁਮਾਰ 1 ਸਾਲ ਤੋਂ ਘਰ ਵਿੱਚ ਸਾਰੇ ਮੈਂਬਰਾਂ ਤੇ ਕਾਲਾ ਜਾਦੂ ਕਰ ਰਿਹਾ ਸੀ। ਇਸ ਦੇ ਲਈ ਘਰ ਦੇ ਸਾਰੇ ਲੋਕ ਬਿਮਾਰ ਰਹਿੰਦੇ ਸਨ। ਇਸ ਦੇ ਲਈ ਉਸਨੇ ਆਪਣੇ ਇੱਕ ਦੇਹਧਾਰੀ ਬਾਬਾ ਨੂੰ ਘਰ ਵਿੱਚ ਬੁਲਾਇਆ ਜਿਸਦਾ ਪਤਾ ਉਸਦੇ ਪਤੀ ਨੂੰ ਲੱਗ ਗਿਆ। ਔਰਤ ਦਾ ਕਹਿਣਾ ਕਿ ਉਸਦਾ ਪਤੀ ਕਾਲਾ ਜਾਦੂ ਜਾਣਦਾ ਹੈ ਅਤੇ ਘਰ ਦੇ ਸਾਰੇ ਲੋਕਾਂ ਤੇ ਕਾਲਾ ਜਾਦੂ ਉਸਨੇ ਕੀਤਾ ਹੋਇਆ ਜਿਸਦੇ ਕਾਰਨ ਉਸਦਾ ਬੇਟਾ ਵੀ ਉਸ ਨਾਲ ਲੜਾਈ ਝਗੜਾ ਕਰਦਾ ਹੈ। ਪਰ ਉਸਦੇ ਪਤੀ ਨੇ ਕਾਲਾ ਜਾਦੂ ਕਰ ਉਸਦੇ ਬਾਬਾ ਨੂੰ ਵੀ ਬਿਮਾਰ ਕਰ ਦਿੱਤਾ ਜਿਸਦੀ ਵਜ੍ਹਾ ਦੇ ਕਾਰਨ ਉਸਦਾ ਦੇਹਧਾਰੀ ਬਾਬਾ ਅੱਜ ਬਿਸਤਰ ਤੇ ਬਿਮਾਰ ਪਿਆ ਹੋਇਆ। ਇਸ ਦੇ ਲਈ ਉਸਨੇ ਆਪਣੇ ਪਤੀ ਨੂੰ 2 ਮਹੀਨਿਆਂ ਤੋਂ ਘਰ ਵਿੱਚ ਜੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ ਤੇ ਉਸਦਾ ਬਾਬਾ ਠੀਕ ਹੋ ਰਿਹਾ ਪਰ ਇਸ ਘਟਨਾ ਨਾਲ ਉਸਦੇ ਪਤੀ ਦੀ ਜ਼ਿੰਦਗੀ ਖਤਰੇ ਵਿੱਚ ਹੈ। ਕੀ ਨਾਮ ਜੀ ਆਪਣਾ? ਮੇਰਾ ਨਾਮ ਲਕਸ਼ਮੀ ਹੈ। ਲਕਸ਼ਮੀ ਜੀ ਕਿਉਂ ਬੰਨਿਆ ਇਹਨੂੰ ਆਪਣੇ ਘਰ ਵਾਲੇ? ਇਹਨੂੰ ਬੰਨਿਆ ਅਸੀਂ ਇਸ ਉਲਟੋ ਕੰਮ ਕਰਦਾ, ਉਲਟੋ ਪਾਸੇ ਜਾਂਦਾ। ਅਸੀਂ ਹੈਗੇ ਨਿਰੰਕਾਰੀ ਆ, ਸਾਡੇ 'ਤੇ ਇਹ ਚੀਜ਼ ਚੱਲਦੇ ਨਹੀਂ ਅਤੇ ਨਾ ਹੀ ਇਹ ਚੀਜ਼ਾਂ 'ਚ ਵਿਸ਼ਵਾਸ ਕਰਦੇ। ਫਿਰ ਇਹਨੇ ਇਹਨੂੰ ਇਹ ਬਾਹਰ ਕੰਮ ਕਰਦਾ, ਰਿਕਸ਼ਾ ਚਲਾਉਂਦਾ, ਫਿਰ ਪਤਾ ਨਹੀਂ ਕੀ ਕਰਦਾ। ਫਿਰ ਮੈਂ ਘਰ ਬਿਮਾਰ ਹੁੰਦਾ ਬਹੁਤ ਜ਼ਿਆਦਾ, ਨਾ ਦਵਾਈਆਂ ਲੱਗਦੇ ਅਤੇ ਨਾ ਕੁਛ। ਰੋਜ਼ ਸ਼ਾਮ ਨੂੰ ਮੈਂ ਬਿਮਾਰ ਹੁੰਦਾ, ਰੋਜ਼ ਸ਼ਾਮ ਨੂੰ। ਫਿਰ ਮੇਰੇ ਘਰ ਉਹ ਮਹਾਂਪੁਰਸ਼ ਆਉਂਦੇ ਸੀ, ਉਹ ਮਹਾਂਪੁਰਸ਼ ਨੂੰ ਵੀ ਮਤਲਬ ਇਸੇ ਤਰ੍ਹਾਂ ਹੀ ਉਹਨਾਂ ਨੇ ਇੰਨੇ ਬਾਹਰ ਪਤਾ ਨਹੀਂ ਕੀ ਚੱਕਰ ਚਲਾਇਆ ਅਤੇ ਉਹ ਵਿਚਾਰਾ ਬਿਮਾਰ ਆ। ਉਹ ਸਾਡਾ ਨਾਂ ਬੋਲਦਾ ਵਿੱਚੋਂ, ਲਕਸ਼ਮੀ ਨੇ ਕੀਤਾ, ਮੋਨਾ ਨੇ ਕੀਤਾ, ਰੋਹਿਤ ਨੇ ਕੀਤਾ, ਪਰ ਅਸੀਂ ਇਹ ਕੰਮ ਨਹੀਂ ਕਰਦੇ। ਪਰ ਇਹਦਾ ਨਾਂ ਨਹੀਂ ਬੋਲਿਆ, ਫਿਰ ਸਾਨੂੰ ਸ਼ੱਕ ਇਹਦੇ 'ਤੇ ਹੋਇਆ ਵਾ। ਇਹ ਜਾਦੂ ਟੂਣਾ ਕਰਦਾ, ਕਾਲਾ ਇਲਮ ਕਰਦਾ ਇਹ। ਹਾਂ, ਇਹ ਸਾਨੂੰ ਇਹਦੇ ਸ਼ੱਕ ਤਾਂ ਸਾਨੂੰ ਬੜੇ ਦੇਰ ਦੀ। ਫਿਰ ਕਾਕੇ ਨੂੰ ਇਹਨੇ ਵਸਤੇ ਕੀਤਾ, ਫਿਰ ਕਾਕਾ ਮੰਨਦਾ ਨਹੀਂ। ਫਿਰ ਜਦੋਂ ਕਾਕੇ ਨੇ ਵਿਸ਼ਵਾਸ ਕੀਤਾ, ਇਹਦੇ ਜਿਬ 'ਚ ਤਬੀਤ ਜੰਤਰ 4-5 ਘਰ 'ਚੋਂ ਨਿਕਲਿਆ, ਸਿਰਾਣਾ ਸੁੱਟ ਕੇ ਆਏ, ਪੁੱਠੇ ਪੁੱਠੇ ਕੰਮ ਕਰਦਾ, ਫਿਰ ਸਾਨੂੰ ਸ਼ੱਕ ਹੋ ਗਏ ਇਹਦੇ 'ਤੇ। ਤਾਂ ਫਿਰ ਐਂਡ 'ਚ ਕੀ ਕੀਤਾ, ਮੈਨੂੰ ਕਹਿੰਦਾ ਚੱਲ ਉੱਥੇ ਚੱਲ, ਫਿਰ ਮੇਰੇ ਮੁੰਡੇ ਦੀ ਤਾਂ ਮੇਰੀ ਲੜਾਈ ਲਵਾਉਂਦੇ। ਫਿਰ ਮੈਨੂੰ ਇਹ ਤੋਂ ਬਹੁਤ ਸ਼ੱਕ ਹੋ ਗਏ ਇਹਦੇ, ਫਿਰ ਵਿਸ਼ਵਾਸ ਹੋ ਗਿਆ। ਜਿਉਂ ਜਿਉਂ ਮੈਂ ਮਹਾਂਪੁਰਸ਼ਾਂ ਦੀ ਸੰਗਤ ਕਰਨਾ, ਫਿਰ ਮਹਾਂਪੁਰਸ਼ ਕਹਿੰਦੇ ਤੁਹਾਡੇ 'ਤੇ ਇੰਨਾ ਕਿਰਪਾ ਹੁੰਦੇ ਤਾਂ ਗੰਦ ਕਿੱਥੋਂ ਆਉਂਦੇ ਤੁਹਾਡੇ ਘਰ, ਕੂੜਾ ਕਿੱਥੋਂ ਘੱਟਾ ਹੁੰਦਾ। ਇਹਨਾਂ ਨੇ ਪਤਾ ਮੇਰਾ ਬੰਦਾ ਹੀ ਮੇਰੇ 'ਤੇ ਉਲਟ ਜਾਂ ਉਲਟ ਕੰਮ ਕਰਦਾ, ਉਲਟੋ ਹੀ ਸਾਰਾ ਕੰਮ ਉਲਟੋ ਹੀ ਕਰ ਜਾਂਦਾ ਪਿਆ। ਮਤਲਬ ਲੜਕੇ 'ਤੇ ਵੀ ਕੀਤਾ, ਲੜਕਾ ਤੋਂ ਮੇਰਾ ਬਾਹਰ ਕੰਮ ਕਰਦਾ ਕੰਪਨੀ 'ਚ, ਪਰ ਉਹਨੂੰ ਖਵਾਇਆ, ਇਹਨੇ ਖਵਾਇਆ ਉਹਦਾ ਉਹਨੂੰ, ਅਤੇ ਖਵਾਉਣ ਨਾਲ ਉਹਦਾ ਮਾੜਾ ਹੀ ਹਾਲ, ਉਹਦਾ ਨਾਂ ਉਹਦਾ ਬਹੁਤ ਹੀ ਜ਼ਿਆਦਾ, ਮਤਲਬ ਅੰਦਰ ਹੀ ਸਾਡਾ ਬੰਨ ਛੜੇ ਦਾ। ਫਿਰ ਉਹ ਮਹਾਂਪੁਰਸ਼ ਵੀ ਤੜਫਦਾ ਪਿਆ, ਉਹ ਸਾਡਾ ਹੀ ਨਾਂ ਲੈਂਦਾ ਪਿਆ ਜੀ, ਇਸ ਘਰ 'ਚੋਂ ਚੀਜ਼ਾਂ ਚੱਲੇ ਲਿਆ, ਇਸ ਘਰ 'ਚੋਂ ਹੀ। ਇੰਨਾ ਚਿਰ ਕਿਉਂ ਨਹੀਂ ਹੋਇਆ ਸਾਡੇ, ਉਹਨਾਂ ਦੇ ਬੱਚੇ ਸਾਡਾ ਹੀ ਨਾਂ ਲੈਂਦੇ ਆ, ਕਹਿੰਦੇ ਇੰਨੇ ਕੀਤੇ। ਫਿਰ ਹੈਗਾ, ਅਸੀਂ ਤਾਂ ਜਾਂਦੇ ਨਹੀਂ ਕਿਤੇ। ਫਿਰ ਸਾਨੂੰ ਇਸ ਬੰਦੇ 'ਤੇ ਸ਼ੱਕ ਹੋਇਆ ਜੇ ਇਹ ਬੰਦਾ ਹੀ ਕਾਲਾ ਇਲਮ ਕਰਦਾ ਆ। 2.5 ਸਾਲ ਹੋ ਗਏ ਮੈਨੂੰ ਗਿਆ, ਇਹਨੂੰ 2 ਮਹੀਨੇ ਹੋਇਆ ਸੀ ਬੰਨੇ ਨੂੰ, 2 ਮਹੀਨੇ ਹੋਏ ਬੰਨੇ ਨੂੰ। ਫਿਰ ਬੰਨਣ ਕਰਕੇ ਮੈਂ ਵੀ ਹੁਣ ਠੀਕ ਹਾਂ, ਉਹ ਮਹਾਂਪੁਰਸ਼ ਵੀ ਥੋੜ੍ਹਾ ਸਿਹਤ 'ਚੋਂ ਫਰਕ ਪਿਆ, ਪਰ ਉਹਦਾ ਜਿਹੜੀ ਚੀਜ਼ ਗੁਆਚਿਆ ਉਹ ਲੱਭਦਾ ਪਿਆ ਵਾ। ਉੱਥੇ ਲਕਸ਼ਮੀ ਦੇ ਪਤੀ ਸਰਵਨ ਨੇ ਦੱਸਿਆ ਕਿ ਉਸਦੀ ਪਤਨੀ ਅੰਧ ਵਿਸ਼ਵਾਸ ਦੇ ਜਾਲ ਵਿੱਚ ਫਸ ਚੁੱਕੀ ਹੈ, ਉਹ ਕੋਈ ਵੀ ਜਾਦੂ ਟੋਨਾ ਨਹੀਂ ਜਾਣਦਾ ਅਤੇ ਜਿਸ ਬਾਬਾ ਦਾ ਉਸਦੀ ਪਤਨੀ ਨਾਮ ਲੈ ਰਹੀ ਹੈ ਉਸਨੇ ਹੀ ਇਹ ਸਭ ਕੁਝ ਕਰਵਾਇਆ ਹੈ। ਦੋ ਮਹੀਨੇ ਹੋ ਗਏ ਬੰਨਿਆ ਜੀ। ਕਿਉਂ? ਇਹਨਾਂ ਨੂੰ ਵਹਿਮ ਦੇ ਵਿੱਚ ਮੈਨੂੰ ਬੰਨ ਛੜਿਆ ਜੀ। ਇਹਨਾਂ ਨੂੰ ਇਹ ਵਹਿਮ ਹੈ ਵੀ ਮੈਂ ਮਤਲਬ ਕਿ ਕਹਿੰਦੇ ਵੀ ਮਹਾਂਪੁਰਸ਼ ਤਾਂ ਕੀਤਾ, 1.5-2 ਸਾਲ ਹੋ ਗਿਆ, ਮੈਂ ਅੱਜ ਤੱਕ ਨਹੀਂ ਕਦੀ ਕੁਛ ਉਹਨੂੰ ਕੋਈ ਹੋਇਆ ਅਤੇ ਅੱਜ ਕੀ ਕਰਨਾ ਜੀ, ਨਾ ਮੈਨੂੰ ਨਾਂ ਦਾ ਪਤਾ, ਨਾ ਤੋ, ਨਾ ਗੱਲ, ਨਾ ਬਾਤ, ਕੁਛ ਨਹੀਂ ਕੀਤਾ ਮਹਾਰਾਜ। ਮੈਨੂੰ ਸਤਿਗੁਰ ਦੀ ਕਸਮ ਖਾ ਕੇ ਕਹਿੰਦਾ ਮਹਾਰਾਜ, ਮੈਂ ਸਤਿਗੁਰ ਦੀ ਕਸਮ ਖਾ ਕੇ ਕਹਿੰਦਾ ਮੈਂ ਕਿਸੇ 'ਤੇ ਕੁਛ ਨਹੀਂ ਕੀਤਾ। ਇਹ ਕਹਿੰਦੇ ਤੂੰ ਕਾਲੇ ਇਲਮ ਕਰਦਾ, ਮੈਂ ਕਰਦਾ ਹੀ ਨਹੀਂ, ਕਿਤੇ ਜਾਂਦਾ ਹੀ ਨਹੀਂ। ਮਹਾਰਾਜ ਮੈਂ ਗਰੀਬ ਆਦਮੀ, ਰਿਕਸ਼ਾ ਚਲਾਉਣ ਵਾਲਾ, ਮੈਂ ਇਹੋ ਜਿਹਾ ਕੰਮ ਨਹੀਂ ਕਰਦਾ। ਮੈਨੂੰ ਨਹੀਂ ਪਤਾ ਮਹਾਰਾਜ, ਮੈਂ ਤਵੀਤ ਲਿਆਂਦਾ ਰੱਖਦਾ ਹੀ ਕੋਈ ਨਹੀਂ ਮਹਾਰਾਜ, ਮੈਂ ਸੱਚ ਬੋਲਦਾ ਪਿਆ, ਮੈਂ ਕੋਈ ਤਵੀਤ ਨਹੀਂ ਲਿਆਂਦਾ ਜੀ। ਮੈਂ ਤਾਂ ਦਿਹਾੜੀ ਲਾ ਕੇ ਰੋਟੀ ਖਾਂਦਾ, ਮੈਂ ਇਹੋ ਜਿਹੇ ਕੰਮ 'ਚ ਨਹੀਂ ਹੈਗਾ ਜੀ, ਨਾ ਕਿਸੇ ਨੂੰ ਨਹੀਂ ਕੀਤਾ ਮਹਾਰਾਜ। ਮੈਨੂੰ ਤਾਂ ਨਾਂ ਦਾ ਨਹੀਂ ਪਤਾ, ਮੈਂ ਕਿੱਦਾਂ ਕਰ ਸਕਦਾ ਜਾਦੂ ਟੂਣਾ। 20 ਰੁਪਈਏ ਸਾਰੇ ਦਿੱਤੇ ਇਹਨਾਂ ਮਹਾਰਾਜ, 20 ਰੁਪਈਏ 'ਚ ਮੈਂ ਕੀ ਕਰ ਲੈਣਾ। ਤੇਰੇ ਘਰ ਹੁੰਦਾ ਸੀਗਾ ਮਹਾਰਾਜ? ਇੱਥੇ ਹੁੰਦਾ ਹੁੰਦਾ ਜੀ, ਮੈਨੂੰ ਕੀ ਪਤਾ ਹੁਣ ਉਹਦਾ ਬਾਰੇ, ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਕਿਸੇ ਗੱਲ ਦੀ। ਉਸਨੇ ਕਿਹਾ ਕਿ ਉਸਨੂੰ ਕੁਛ ਨਹੀਂ ਪਤਾ ਕਿ ਬਾਬਾ ਬਿਮਾਰ ਕਿਸ ਤਰ੍ਹਾਂ ਹੋਇਆ, ਇਸ ਲਈ ਉਹ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਉਸਨੂੰ ਇਸ ਜੰਜੀਰਾ ਤੋਂ ਛੁਡਵਾਇਆ ਜਾਵੇ।
ਉਹਦੇ ਇਸ ਮਾਮਲੇ ਵਿੱਚ ਤਰਕਸ਼ਲ ਸੁਸਾਇਟੀ ਦੇ ਪ੍ਰਧਾਨ ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਜਾਦੂ ਟੋਨਾ ਭੂਤ ਪ੍ਰੇਤ ਵਰਗੀ ਕੋਈ ਚੀਜ਼ ਨਿੱਜੀ ਜ਼ਿੰਦਗੀ ਵਿੱਚ ਨਹੀਂ ਹੁੰਦੀ। ਇਹ ਦੋਨੋਂ ਮਾਨਸਿਕ ਰੋਗੀ ਨੇ। ਸਾਡੀ ਸੁਸਾਇਟੀ ਇਹਨਾਂ ਦੇ ਕੋਲ ਜਾ ਕੇ ਇਸ ਬੰਧਕ ਬਣੇ ਵਿਅਕਤੀ ਨੂੰ ਛੁਡਵਾ ਕੇ ਦੋਨਾਂ ਮਾਨਸਿਕ ਰੋਗੀਆਂ ਦਾ ਇਲਾਜ ਕਰਵਾਵੇਗੀ। ਜਿਹੜਾ ਤੁਸੀਂ ਮਸਲਾ ਮੈਨੂੰ ਦੱਸਿਆ ਨਾ ਕਿ ਇੱਕ ਬੰਦੇ ਨੂੰ ਵਹਿਮ ਵਿੱਚ ਪੈ ਕੇ ਅਤੇ ਉਹਨੂੰ ਸੰਗਲਾਂ ਨਾਲ ਬੰਨ੍ਹ ਕੇ ਕਰ ਰੱਖਿਆ ਕਿ ਇਹ ਕੋਈ ਜਾਦੂ ਟੂਣੇ ਕਰਦਾ ਜਾਂ ਕਿ ਧਾਗੇ ਤਵੀਤ ਕਰਦਾ, ਉਹਦੇ ਕਰਕੇ ਮਤਲਬ ਅਜਿਹਾ ਪਟੀਸ਼ਨ ਕੀਤੀ ਆ। ਸਾਡੀ ਤਰਕਸ਼ੀਲ ਸੁਸਾਇਟੀ ਵੱਲੋਂ ਮੈਂ ਕਹਾਂਗਾ, ਸਭ ਤੋਂ ਪਹਿਲਾਂ ਇਹ ਗੱਲ ਹੈ ਵੀ ਕਾਲਾ ਇਲਮ ਤਾਂ ਜਾਦੂ ਟੂਣਾ ਨਾਂ ਦੀ ਕੋਈ ਚੀਜ਼ ਹੀ ਨਹੀਂ ਆ। ਅਸੀਂ ਉਹਦੇ ਵਾਸਤੇ ਵੈਸੇ ਹੀ ਇਨਾਮ ਰੱਖਿਆ 5 ਲੱਖ ਰੁਪਏ ਦਾ ਕਿ ਕੋਈ ਬੰਦਾ ਕਾਲਾ ਇਲਮ ਜਾਂ ਕਾਲਾ ਜਾਦੂ ਵਗੈਰਾ ਕੋਈ ਵੀ ਸਾਬਤ ਕਰਦੇ ਉਹਨੂੰ 5 ਲੱਖ ਰੁਪਏ ਇਨਾਮ ਦੇਵਾਂਗੇ। ਬਾਕੀ ਜਿਹੋ ਜਿਹੀ ਇਹ ਘਟਨਾਵਾਂ ਹੋ ਰਹੀਆਂ ਨੇ ਇਹਦੇ ਨਾਲ ਇਹਦਾ ਇਹਨਾਂ ਦਾ ਵੀ ਕਸੂਰ ਨਹੀਂ ਆ, ਨਾ ਉਹਦੇ ਘਰਦਿਆਂ ਦਾ ਕਸੂਰ ਆ ਅਤੇ ਨਾ ਉਸ ਬੰਦੇ ਦਾ ਕਸੂਰ ਆ। ਸਾਡੇ ਸਮਾਜ ਦੇ ਵਿੱਚ ਇਹੋ ਜਿਹੀਆਂ ਫਿਲਮਾਂ, ਇਹੋ ਜਿਹੇ ਸੀਰੀਅਲ ਅਤੇ ਇਹੋ ਜਿਹੀਆਂ ਅਖੌਤੀ ਧਾਰਮਿਕ ਕਹਾਣੀਆਂ ਸੁਣ ਸੁਣ ਕੇ ਸਾਡੇ ਸਮਾਜ ਜਿਹੜਾ ਮਾਨਸਿਕ ਰੋਗੀ ਹੋ ਰਿਹਾ, ਔਰ ਉਸ ਮਾਨਸਿਕ ਰੋਗੀ ਦੀ ਤਰ ਕਰਕੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ। ਇਸ ਵੇਲੇ ਇਹ ਬੰਦਾ ਠੀਕ ਹੈ ਜਿਹਨੂੰ ਸੰਗਲਾਂ 'ਚ ਬੰਨਿਆ ਹੋਇਆ, ਅਗਰ ਇਹ ਜ਼ਿਆਦਾ ਦੇਰ ਤੱਕ ਇਸੇ ਤਰ੍ਹਾਂ ਹੀ ਰਹੇਗਾ ਤਾਂ ਇਹ ਸੱਚਮੁੱਚ ਪਾਗਲ ਹੋ ਸਕਦਾ। ਅਤੇ ਅਸੀਂ ਤਰਕਸ਼ੀਲ ਸੁਸਾਇਟੀ ਵੱਲੋਂ ਇਹ ਚੈਲੰਜ ਕਰਦੇ ਹਾਂ ਕਿ ਇਹ ਬੰਦਾ ਠੀਕ ਹੋ ਸਕਦਾ, ਅਸੀਂ ਉਹਨੂੰ ਬਿਲਕੁਲ ਆਜ਼ਾਦ ਕਰਾਵਾਂਗੇ, ਅਸੀਂ ਦੋਨਾਂ ਦਾ ਇਲਾਜ ਕਰਾਂਗੇ ਦੋਨਾਂ ਨੂੰ ਚੰਗੇ ਸੁਝਾਅ ਦੇ ਕੇ, ਅਤੇ ਇਹਨਾਂ ਨੂੰ ਇਹ ਠੀਕ ਹੋ ਸਕਦਾ ਬਿਲਕੁਲ, ਸ਼ਰਤੇ ਕਿ ਘਰ ਵਾਲੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਸਹਿਯੋਗ ਦੇਵੇ ਤਾਂ ਕਿ ਉਹ ਕੋਈ ਧਾਰਮਿਕ ਤੌਰ 'ਤੇ ਕੋਈ ਉਹੋ ਜਿਹੀ ਗੱਲ ਨਾ ਹੋਵੇ ਜਿਹਦਾ ਕੋਈ ਮਾਹੌਲ ਖਰਾਬ ਹੁੰਦਾ ਹੋਵੇ, ਔਰ ਇਹ ਬੰਦਾ ਬਿਲਕੁਲ ਠੀਕ ਹੋ ਜਾਏਗਾ। ਔਰ ਇਹ ਨਹੀਂ, ਇਹ ਤਾਂ ਤੁਹਾਡੀ ਲਾਈਟ ਵਿੱਚ ਆ ਗਿਆ, ਇਹੋ ਜਿਹੇ ਬਹੁਤ ਸਾਰੇ ਕੇਸ ਅਕਸਰ ਦੂਰ ਦੇ ਪਿੰਡਾਂ ਵਿੱਚ ਵੇਖੇ ਜਾਂਦੇ ਨੇ। ਜ਼ਰੂਰਤ ਹੈ ਸਾਨੂੰ ਇੱਕ ਚੰਗਾ ਸਮਾਜ ਸਿਰਜਣ ਦੀ, ਚੰਗੀਆਂ ਫਿਲਮਾਂ ਦੇਖਣ ਦੀ, ਔਰ ਚੰਗੇ ਸੀਰੀਅਲ ਦੇਖਣ ਦੀ, ਅਤੇ ਇਸ ਵਿਗਿਆਨਕ ਸੋਚ ਨੂੰ ਅਪਣਾਉਣ ਦੀ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ, ਸਿਟੀ ਹੋਮ ਨਿਊਜ਼।